ਸਤਿ ਸ੍ਰੀ ਅਕਾਲ ਜੀ ਜਿਹੜੀ ਤੁਹਾਡੇ ਵਾਸਤੇ ਅੱਜ ਵੀਡੀਓ ਲੈ ਕੇ ਆਏ ਆ ਆ ਜੌਂਡੀਅਰ 5310 ਟਰੈਕਟਰ ਦੀ ਵੀਡੀਓ ਹੈ ਤੇ ਆ ਵੀਡੀਓ ਆਪਾਂ ਬਣਾਈ ਹੈ ਵੀ ਆਪਾਂ ਟਰੈਕਟਰ ਦਾ ਗਰਮੀਆਂ ਦੇ ਵਿੱਚ ਬਾਲ ਕਿਵੇਂ ਕੱਢ ਸਕਦੇ ਹਾਂ ਟੈਂਪਰੇਚਰ ਵਾਲ ਹੁੰਦਾ ਨਾ ਜਿਹੜਾ ਉਹ ਆਪਾਂ ਕਿਵੇਂ ਕੱਢ ਸਕਦੇ ਆ ਤੇ ਵੀਡੀਓ ਦੇਖਿਓ ਪੂਰੀ ਤੇ ਲਾਈਕ ਤੇ ਸ਼ੇਅਰ ਤੇ ਚੈਨਲ ਕਰੋ ਸਬਸਕ੍ਰਾਈਬ ਤੇ ਆਜੋ ਜੀ ਸ਼ੁਰੂ ਕਰਦੇ ਆਂ ਵੀਡੀਓ ਆਹ ਦੇਖੋ ਜੀ ਕਲੱਚ ਵਾਲੇ ਪਾਸੇ ਇੰਜਨ ਸਾਈਡ ਕੋਲੇ ਬਾਹਰ ਹੁੰਦਾ ਪੰਪ ਦੇ ਉਤਲੇ ਪਾਸੇ ਆ ਦੇਖੋ ਤੁਸੀਂ ਇੱਕ ਤਾਂ ਟੈਂਕੀ ਹੋ ਗਈ ਆਪਾਂ ਨੂੰ ਟੈਂਕੀ ਖੋਲਣੀ ਪਊਗੀ ਠੀਕ ਹੈ ਜੀ ਜੇ ਟੈਂਕੀ ਨਹੀਂ ਖੋਲਣੀ ਸੋਨ ਸਿੱਧਾ ਦੱਸ ਦਵਾਂ ਇਹ ਦੋ ਨਾਟ ਖੋਲ ਕੇ 13 ਨੰਬਰ ਦੇ ਆਹ ਬਣੀਤ ਨਹੀਂ ਟੈਂਕੀ ਤੇ ਆ ਜੂਗੀ ਸਾਈਡ ਤੇ ਆ ਗਈ ਠੀਕ ਹੈ ਜੀ ਇੱਕ ਆਪਾਂ ਨੂੰ ਆਹ ਪੈਪ ਖੋਲਣੀ ਪਊਗੀ ਢੋਲਕੀ ਖੋਲਣ ਦੀ ਲੋੜ ਨਹੀਂ ਇਕੱਲੀ ਪੈਪ ਹੀ ਖੋਲਣੀ ਪਊਗੀ ਪੈਪ ਖੋਲਣੀ ਹੈ ਇੱਥੋਂ ਆਚਾਰ ਨਾਟ 13 ਨੰਬਰ ਦੇ ਖੋਲ ਲੋ ਤੇ ਕਾ 15 ਨੰਬਰ ਦਾ ਨਟ ਖੋਲ ਕੇ ਇਹਨੂੰ ਸਾਈਡ ਤੇ ਕਰ ਦਿਓ ਸਾਈਡ ਤੇ ਕਰਤਾ ਜੀ ਉਸ ਤੋਂ ਬਾਅਦ ਦੇਖੋ ਤੁਸੀਂ ਆਹ ਬਾਹਲ ਹੁੰਦਾ ਹੈ ਦੇ ਅੰਦਰਲੇ ਪਾਸੇ ਬਾਹ ਲੱਗਿਆ ਹੁੰਦਾ ਇੱਕ ਤੁਸੀਂ 14 ਨੰਬਰ ਦਾ ਨਟ ਖੋਲ ਲਓ ਖੋਲ ਕੇ ਪਾਈਪ ਉਹ ਜੂ ਢਿੱਲੀ ਇਹਨੂੰ ਇੰਦਰ ਕਰ ਦਿਓ ਠੀਕ ਹੈ ਜੀ ਆਹ ਦੇਖੋ ਇੰਦਰ ਕਰ ਦਿਓ ਆ 14 ਨੰਬਰ ਦਾ ਨਟ ਖੋਲ ਕੇ ਠੀਕ ਹੈ ਜੀ ਮੁੜ ਕੇ ਤੁਸੀਂ ਹੌਸ ਪਾਈਪ ਖੋਲ ਲਓ ਆ ਦੇਖੋ ਜੀ ਢਿੱਲਾ ਕਰਕੇ ਨਟ ਹੌਸ ਪਾਈਪ ਖੋਲ ਕੇ ਤਿਆ ਜਦੋਂ ਪਾਈਪ ਖੋਲੋਗੇ ਤੇ ਥੱਲੇ ਨਟ ਹੋਣਗੇ ਦੋ ਆ ਦੇਖੋ ਜੀ ਆ ਗੋਟੀ ਟਾਮੀ ਨਾਲ ਖੁੱਲਣਗੇ ਆ ਵੀ ਨਟ ਇੱਥੋਂ ਖੁੱਲ ਜੂਗਾ ਵੀ ਖੁੱਲ ਜੂਗਾ ਤੇ ਆ ਦੇਖੋ ਜੀ ਇਹ ਬਾਹਰ ਆ ਜੂਗਾ ਤੇ ਅੰਦਰ ਵਾਲ ਹੋਊਗਾ ਠੀਕ ਹੈ ਜੀ ਵਾਲ ਕੱਢ ਕੇ ਤੁਸੀਂ ਸਲਿਗ ਲਿਆ ਕੇ ਆ ਟੂਪ ਲਾ ਕੇ ਤੇ ਦੁਬਾਰੇ ਇਹਨੂੰ ਕੱਸ ਦਿਓ ਵਾਲ ਸੋਡਾ ਆ ਜੂਗਾ ਤੇ ਵਾਲ ਨੂੰ ਫਿਰ ਤੁਸੀਂ ਰੱਖਣਾ ਕਿਵੇਂ ਆਈ ਦੇਖੋ ਤੁਸੀਂ ਉਹਨੂੰ ਪਾਣੀ 'ਚ ਰੱਖਣਾ ਪਊਗਾ ਠੀਕ ਹੈ ਜੀ ਉਦਾਂ ਹੀ ਆਪਾਂ ਉਹਨੂੰ ਛੱਡਤਾ ਠੀਕ ਹੈ ਜੀ ਫਿਰ ਉਹ ਬਾਲ ਹੋ ਜੂਗਾ ਖਰਾਬ ਜਾਮ ਹੋ ਜੂਗਾ ਤੇ ਇਸ ਕਰਕੇ ਉਹਨੂੰ ਆਪਾਂ ਪਾਣੀ ਚ ਹੀ ਰੱਖਣਾ ਪਊਗਾ ਤੇ ਉਹਦਾ ਪਾਣੀ ਚੇਂਜ ਕਰਨਾ ਪਿਆ ਕਰੂਗਾ ਮਹੀਨੇ ਡੂੜ ਮਹੀਨੇ ਤੋਂ ਜਿਹੜਾ ਤੁਸੀਂ ਪਾਉਣਾ ਹੈ ਉਸੇ ਨੂੰ ਫਿਰ ਦੁਬਾਰੇ ਚੈੱਕ ਕਰਕੇ ਪਹਿਲਾਂ ਸਿਲੰਡਰ ਦੇ ਉੱਤੇ ਕਿਸੇ ਪਾਂਡੇ ਚ ਪਾਣੀ ਪਾ ਕੇ ਤੇ ਚੈੱਕ ਕਰਨਾ ਵੀ ਬਾਲ ਖੁੱਲਦਾ ਹੈ ਕਿ ਨਹੀਂ ਖੁੱਲਦਾ ਠੀਕ ਹੈ ਜੀ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ